ਮੈਂ ਕੋਈ ਛੋਟਾ ਕੰਮ ਥੋੜ੍ਹੀ ਕਰਨ ਲਈ ਜੰਮਿਆ ਯਾਰ। ਉਹ ਜਦ ਤੱਕ ਪੇਸ਼ ਕਰਨਗੇ ਆਪਾਂ ਕਰ ਲੈਣਾ। ਮਜਨੂੰ ਲੈਲਾ ਦੀ ਤਿਆਰੀ ਚੱਲ ਰਹੀ ਹੈ, ਦੇਖੋ ਤੁਹਾਡਾ ਸਪੋਰਟ ਚਾਹੀਦਾ। ਦੇਖ ਲਓ ਪਹਿਲਾਂ ਵਾਲੇ ਮਜਨੂੰ ਨੂੰ ਇੰਨੀ ਵਿਚਾਰੇ ਨਾ ਵਿਚਾਰੇ ਹੋ ਗਏ ਸੀ, ਦੇਖ ਲਓ ਅੱਜ ਦੇ ਮਜਨੂੰ ਨੂੰ ਕਿੰਨੀ ਆ। ਸ਼ੁਰੂ ਤੋਂ ਕਦੋਂ ਤੋਂ? ਬਚਪਨ ਤੋਂ ਹੀ ਮਹਾਰਾਜ। ਪਹਿਲੇ ਜਨਮ ਦੀ ਗੱਲ ਨਹੀਂ ਕਰਦਾ ਮੈਂ, ਸ਼ੁਰੂ ਤੋਂ ਇਹ ਮਿਲਣ ਵਾਲਾ ਆਪਾਂ ਗੱਲਾਂ ਕਰਦੇ ਸੀਗੇ ਕਿਤੇ ਹੋਰ ਦੁਨੀਆਂ 'ਚ ਕਿਉਂ ਹੋ ਗਏ। ਮਜਨੂੰ ਬਾਬਾ ਜੀ ਦੋ ਲੈਲਾ ਲਈ ਫਿਰਦੇ ਤੁਸੀਂ ਤਾਂ, ਹੈਨਾ? ਪਹਿਲਾਂ ਵਿਚਾਰਾ ਪਤਾ ਨੀ ਕਿੱਦਾਂ ਮਰ ਗਿਆ। ਵੀ ਨਹੀਂ, ਬਿਲਕੁਲ ਸਹੀ ਕਿਹਾ ਨਾ, ਜਿਵੇਂ ਕਿ ਸੁਣਦੇ ਆ ਤੇ ਡਰ ਲੱਗਦਾ ਕਿ ਇਹਦਾ ਬੜਾ ਔਖਾ ਜਿਹਾ ਕੰਮ ਹੈ, ਮਰਨ ਰਹਿਣ ਵਾਲਾ ਕੰਮ ਨੀ ਕਰਨਾ। ਥੋੜਾ ਦੇਖੋ ਦੋ ਲੈ ਲਾ ਹਮਾਰੇ ਪਾਸ ਆ ਥੋੜਾ। ਇਹੀ ਕੁੜੀਆਂ ਕਹਿੰਦੀਆਂ ਨੇ ਲੜਕੀ ਤੋਂ ਦੇਖੋ ਧੋਖਾ ਦਿੱਤੇ ਹੈ। ਹਾਂ ਸਹੀ ਗੱਲ, ਲਾਂਬੇ ਲੜਕੀਆਂ ਵਾਲੇ ਨਹੀਂ ਹੁੰਦੇ ਆ। ਬਿਲਕੁਲ ਬਿਲਕੁਲ, ਤੁਸੀਂ ਲਾਂਬੇ ਵੀ ਦਿੰਦੇ ਹੋ ਦੂਜੇ ਪਿੱਛੇ ਜਦੋਂ ਚਲੇ ਜਾਣਾ ਬੰਦੇ ਨੇ ਕੈਨੇਡਾ ਵਾਲੀ ਪਿੱਛੇ, ਫਿਰ ਤਾਂ ਛੱਡਣਾ ਹੀ ਪੈਣਾ ਹੈ। ਤੁਸੀਂ ਗੱਲ ਨਹੀਂ ਸਮਝ ਰਹੇ। ਦੋਸਤੋ ਪੰਜਾਬੀ ਟ੍ਰੈਡੀਸ਼ਨ ਨਾਲ ਤੁਸੀਂ ਜੁੜੇ ਹੋ ਤੇ ਮੈਂ ਜੱਸੀ ਬੜੈਚ, ਤੇ ਜਦੋਂ ਗੱਲ ਆਉਂਦੀ ਆ ਪਿਆਰ ਮੁਹੱਬਤ ਦੀ ਨਾ ਚੰਦ ਚਿਹਰੇ ਸਾਡੇ ਸਾਹਮਣੇ ਆਉਂਦੇ ਨੇ, ਹੀਰ ਰਾਂਝਾ ਹੋ ਗਿਆ, ਮਿਰਜ਼ਾ ਸਾਹਿਬਾ ਹੋ ਗਿਆ, ਮਜਨੂੰ ਲੈਲਾ ਹੋ ਗਿਆ, ਪਰ ਜਦੋਂ ਆਪਾਂ ਇਹਨਾਂ ਦਾ ਹਸ਼ਰ ਵੇਖਦੇ ਹਾਂ ਫਿਰ ਲੱਗਦਾ ਯਾਰ ਮੁਹੱਬਤ ਔਖੀ ਆ, ਵੀ ਇਹ ਆਪਾਂ ਤੋਂ ਕੰਮ ਨਹੀਂ ਹੋਣਾ, ਮਰਨ ਮਰਾਉਣ ਵਾਲਾ ਕੰਮ ਆ। ਪਰ ਹੁਣ ਮਜਨੂੰ ਤੋਂ ਡਰਨ ਦੀ ਲੋੜ ਨਹੀਂ, ਮਜਨੂੰ ਤੋਂ ਸਿੱਖਿਆ ਲੈਣ ਦੀ ਲੋੜ ਆ। ਇਹ ਇੱਦਾਂ ਦਾ ਮਜਨੂੰ ਬਾਬਾ ਜੀ ਦੋ ਲੈਲਾ ਲਈ ਫਿਰਦੇ ਤੁਸੀਂ ਤਾਂ, ਹੈਨਾ? ਪਹਿਲਾਂ ਵਿਚਾਰਾ ਪਤਾ ਨਹੀਂ ਕਿੱਦਾਂ ਮਰ ਗਿਆ। ਵੀ ਨਹੀਂ, ਬਿਲਕੁਲ ਸਹੀ ਕਿਹਾ ਨਾ, ਜਿਵੇਂ ਕਿ ਆਪਾਂ ਸੁਣਦੇ ਆ ਤੇ ਡਰ ਲੱਗਦਾ ਕਿ ਇਹਦਾ ਬੜਾ ਔਖਾ ਜਿਹਾ ਕੰਮ ਹੈ, ਮਰਨ ਰਹਿਣ ਵਾਲਾ ਕੰਮ ਨਹੀਂ ਕਰਨਾ। ਥੋੜਾ ਦੇਖੋ ਦੋ ਲੈ ਲਾ ਹਮਾਰੇ ਪਾਸ ਆ। ਥੋੜਾ ਪਿਆਰ ਇੱਕ ਬੜਾ ਡੂੰਘਾ ਇਮੋਸ਼ਨ ਹੈ, ਬੜਾ ਜ਼ਰੂਰੀ ਇਮੋਸ਼ਨ ਹੈ, ਅਤੇ ਇਹਨੂੰ ਮਜਨੂੰ ਗਿਰੀ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ, ਚੰਗੇ ਬੱਚੇ ਬਣੋ ਅਤੇ ਅੱਛੀ ਤਰ੍ਹਾਂ ਆਪਣੇ ਜੀਵਨ ਕੋ ਜੀਓ। ਅਤੇ ਸਾਡੀ ਬਹੁਤ ਹੀ ਪਿਆਰੀ ਜੀ ਸਾਡੀ ਕੁੜੀ ਕਿਰਨ ਸ਼ੇਰਗਿੱਲ, ਥੈਂਕ ਯੂ। ਕਿਰਨ ਕਿੱਦਾਂ ਦਾ ਕੈਰੈਕਟਰ ਆ ਤੁਹਾਡਾ ਲੈਲਾ ਬਣ ਕੇ? ਇਹ ਮਜਨੂੰ ਹੋਊਗਾ ਕੀ ਤਾਂ ਮੈਨੂੰ ਇਦਾਂ ਵੀ ਨਹੀਂ ਸਮਝ ਨਹੀਂ ਲੱਗ ਰਹੀ, ਹੈ ਨਾ? ਮਜਨੂੰ ਤਾਂ ਸਮਝ ਆਉਣੀ ਨਹੀਂ ਹੈ, ਤਾਂ ਮੈਨੂੰ ਮੈਨੂੰ ਖੁਦ ਨੂੰ ਨਹੀਂ ਪਤਾ ਹੈ ਕਿਦਾਂ। ਅੱਛਾ, ਤੁਹਾਨੂੰ ਵੀ ਨਹੀਂ ਪਤਾ ਲੱਗਿਆ ਮਜਨੂੰ ਕੀ ਦਾ? ਮਜਨੂੰ ਲੈਲਾ ਵਾਲਾ ਹੈ ਨੀ ਕੁਛ, ਉਸ ਫਿਲਮ ਨਾਲ ਕੋਈ ਰਿਲੇਸ਼ਨ ਨਹੀਂ ਸਾਡਾ। ਇਹ ਤਾਂ ਉਹ ਕੈਰੈਕਟਰ ਮਜਨੂੰ ਹੈ, ਤੇ ਮਜਨੂੰ ਸਿਰਫ ਮੈਂ ਨਹੀਂ ਆ, ਇਹ ਵੀ ਮਜਨੂੰ ਨੇ, ਸੈਬੀ ਸੂਰੀ ਵੀ ਮਜਨੂੰ ਹੈ। ਅੱਛਾ, ਜਿਹੜਾ ਆਪਾਂ ਕਹਿ ਦਿੰਦੇ ਹਾਂ ਨਾ ਕਿ ਕਿਸੇ ਦੇ ਇਸ਼ਕ 'ਚ ਇੰਨਾ ਬੰਦਾ ਪਾਗਲ ਹੋ ਗਿਆ ਕਿ ਮਜਨੂੰ ਜਾ ਵੀ ਫਿਰਦਾ, ਕਿ ਉਹ ਤਿੰਨੋਂ ਕੈਰੈਕਟਰ ਕੋਈ ਕਿਹਦੇ ਪਿਆਰ 'ਚ ਹੈ ਕਿੱਦਾਂ, ਚਲੋ ਉਹ ਤਾਂ ਹੁਣ ਫਿਲਮ 'ਚ ਪਤਾ ਲੱਗੂਗਾ, ਪਰ ਤਿੰਨੋਂ ਕੈਰੈਕਟਰ ਉਸ ਪਿਆਰ 'ਚ ਮਜਨੂੰ ਹੋ ਗਏ ਨੇ। ਇਹ ਸਾਡੀ ਫਿਲਮ ਦਾ ਲੈਲਾ ਮੁਹੱਬਤ ਦੇ ਨਾਲ ਭਿੱਜੀ ਹੋਈ ਫਿਲਮ ਨਹੀਂ। ਕਿਰਨ ਤੁਹਾਡਾ ਤਾਂ ਬਹੁਤ ਐਫਰਟ ਹੈ ਇਸ ਫਿਲਮ 'ਚ, ਪੂਰਾ ਤਾਮਾ ਜਾਮਾ ਮੈਂ ਸੁਣਿਆ, ਕਦੇ ਤੁਸੀਂ ਨਹੀਂ ਬਣਿਆ, ਹੈ ਨਾ ਇਹ? ਤੇ ਕਿੱਥੋਂ ਇਹ ਇੰਨੇ ਸਾਰੇ ਦਿੱਗਜ ਬੰਦੇ ਤੁਸੀਂ ਕਿੱਦਾਂ ਇਕੱਠੇ ਕੀਤੇ? ਇਹ ਬਸ ਵੱਡੇ ਵੱਡੀ ਚੀਜ਼ਾਂ ਆਪਾਂ ਤਰਾਸ਼ੇ ਨੇ ਬੰਬੇ ਤੋਂ ਆ ਕੇ ਇੱਥੇ ਪੰਜਾਬ, ਕਿ ਲਾਈਕ ਵੈਸੇ ਤਾਂ ਮੈਂ ਇੱਥੋਂ ਹੀ ਹਾਂ ਬਟ ਬੰਬੇ ਕੰਮ ਕਰ ਰਹੀ, ਸਾਡੀ ਟੀਮ ਸਾਰੀ ਬੰਬੇ ਦੀ ਆ, ਤੇ ਬਸ ਜਿਹੜੇ ਵੱਡੇ ਵੱਡੇ ਐਕਟਰ ਨੇ ਸਾਡੇ, ਮਤਲਬ ਲੈਜੈਂਡ ਐਕਟਰਸ ਨੇ ਸਾਡੇ ਕੋਲ, ਤੇ ਬਸ ਉਹਨਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ, ਅਸੀਂ ਉਹਨਾਂ ਨਾਲ ਸਕਰੀਨ ਸ਼ੇਅਰ ਕਰ ਸਕੀਏ। ਮੈਂ ਮਤਲਬ ਪਰਸਨਲੀ ਕਿ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ, ਨਿਰਮਲ ਰਿਸ਼ੀ ਮੈਮ, ਪਦਮ ਸ਼੍ਰੀ ਨਿਰਮਲ ਰਿਸ਼ੀ ਮੈਮ, ਅਤੇ ਪੰਗੂ ਮੈਮ, ਸ਼ਿਵਿੰਦਰ ਜੀ ਅਤੇ ਮਲਕੀਤ ਰਾਣੀ ਜੀ, ਅਤੇ ਬਹੁਤ ਹੀ ਅੱਛੀ ਗੱਲ ਹੈ ਕਿ ਉਹਨਾਂ ਨੇ ਸਾਨੂੰ ਟਾਈਮ ਦਿੱਤਾ, ਸਾਡੀ ਫਿਲਮ ਦਾ ਹਿੱਸਾ ਬਣੇ ਨੇ, ਅਤੇ ਮਜਨੂੰ ਜੀ ਵੀ ਸਾਡੀ ਫਿਲਮ ਦਾ ਹਿੱਸਾ ਬਣੇ ਨੇ। ਥੈਂਕ ਯੂ ਥੈਂਕ ਯੂ ਥੈਂਕ ਯੂ। ਕਿੰਨੀਆਂ ਪਿਆਰੀਆਂ ਗੱਲਾਂ ਨੇ ਕੁੜੀ, ਲੱਗਦਾ ਵੀਰੇ ਵੀ ਬੰਬੇ ਰਹਿੰਦੇ ਹੋਣੇ, ਨਹੀਂ ਇੱਦਾਂ ਹੀ ਲੱਗਦੇ ਨਹੀਂ ਯਾਰ, ਸਾਡੇ ਆਂਢ ਗੁਆਂਢ 'ਚ ਹੀ ਰਹਿੰਦੀ ਹੈ ਕੁੜੀ, ਐਡੀ ਸੋਹਣੀ, ਤੁਸੀਂ ਠੇਠ ਪੰਜਾਬੀ ਬੋਲਦੇ ਹੋ ਮਹਾਰਾਜ। ਮੈਂ ਬਿਲਕੁਲ ਪੰਜਾਬੀ ਹੀ ਬੋਲਨੀ ਆ, ਤਾਂ ਕਿ ਸਾਰਿਆਂ ਨੂੰ ਲੱਗੇ ਕਿ ਮੈਂ ਬੰਬੇ ਰਹਿੰਦੀ, ਬਟ ਮੈਂ ਪੰਜਾਬ ਤੋਂ ਹੀ ਆ, ਪੂਰੇ ਇੰਟਰਵਿਊ 'ਚ ਮੈਂ ਪੰਜਾਬੀ ਹੀ ਬੋਲਨੀ ਆ। ਆਪਣੇ ਇੱਥੋਂ ਦੇ ਹੀ ਨੇ, ਬਿਲਕੁਲ ਉਹ, ਹਾਂ ਆਪਣਾਪਣ ਨਹੀਂ ਕਿਤੇ ਜਾਂਦਾ, ਪੰਜਾਬੀ ਤੁਸੀਂ ਕਹਿੰਦੇ ਨਾ, ਜਿਹੜੇ ਪੰਜਾਬ
ਚੋਂ ਪੰਜਾਬੀ ਕੱਢ ਸਕਦੇ ਹੋ, ਪੰਜਾਬੀ ਚੋਂ ਪੰਜਾਬੀ ਨੂੰ ਕੱਢ ਸਕਦੇ ਹਾਂ। 100% ਸੱਚੀ ਗੱਲ ਹੈ ਨਾ, ਬਹੁਤ ਵਧੀਆ ਡਾਇਲੋਗ ਬੋਲਿਆ ਮਜਨੂੰ ਨੇ, ਅਗਲੀ ਫਿਲਮ ਚ ਲਵਾਂਗੇ। ਉਹ ਕਹਿੰਦੇ ਆ ਨਾ ਜਦੋਂ ਸਾਨੂੰ ਗੁੱਸਾ ਆਉਂਦਾ ਤੇ ਗਾਲਾਂ ਅਸੀਂ ਪੰਜਾਬੀ ਚ ਹੀ ਕੱਢਦੇ ਆ, ਉਦਾਂ ਜਦੋਂ ਮਰਜ਼ੀ ਬੋਲੀ ਜਾਈਏ ਨਾ, ਜੈਸੇ ਮੈਂ ਤੁਮ ਕੋ ਦੇਖ ਲੂੰਗਾ ਕਰ ਲੂੰਗਾ, ਪਰ ਜਦੋਂ ਪੰਜਾਬੀ ਨਿਕਲਦੀ ਫਿਰ ਫਲੋ ਚ ਨਿਕਲਦੀ ਪੂਰੀ। ਸਹੀ ਗੱਲ ਆ, ਫੇਰ ਵੀ ਇਹ ਨਹੀਂ ਕਹਿੰਦਾ। ਅੱਛਾ ਮੈਂ ਇਹ ਵੇਖਿਆ ਟ੍ਰੇਲਰ ਦੀ ਆਪਾਂ ਗੱਲ ਕਰਾਂਗੇ, ਬਹੁਤ ਕਮਾਲ ਦਾ ਟ੍ਰੇਲਰ। ਸਭ ਤੋਂ ਪਹਿਲਾਂ ਦੱਸਦਾ ਕਿ ਟ੍ਰੇਲਰ ਆਪਾਂ ਵੇਖ ਲਿਆ, ਨਹੀਂ ਵੇਖੇ ਤਾਂ ਸਭ ਤੋਂ ਪਹਿਲਾਂ ਟ੍ਰੇਲਰ ਵੇਖੋ ਅਤੇ ਕਮੈਂਟ ਆਪਣੇ ਜ਼ਰੂਰ ਕਰੋ। ਮੱਝ ਨੂੰ ਪ੍ਰਧਾਨ ਬਣਿਆ ਹੋਇਆ ਨਾ, ਇਹ ਕਿੱਦਾਂ ਹੋ ਰਿਹਾ? ਸੈਲਫ ਪ੍ਰੋਕਲੇਮਡ ਪ੍ਰਧਾਨ ਹੈ, ਮਤਲਬ ਆਪ ਹੀ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ, ਉਹ ਇੱਦਾਂ ਦਾ ਕਰੈਕਟਰ। ਉਹ ਮੱਝ ਨੂੰ ਪ੍ਰਧਾਨ ਹੈ, ਮਤਲਬ ਉਹਦੇ ਨਾ ਜਿਹੜੇ ਫਾਦਰ ਨੇ ਮਲਕੀਤ ਰਾਣੀ ਜਿਹਨਾਂ ਨੇ ਮੇਰਾ ਫਾਦਰ ਦਾ ਰੋਲ ਪਲੇ ਕੀਤਾ, ਅਤੇ ਸਾਡੇ ਦੋਨਾਂ ਦਾ ਬੜਾ ਇੱਕ ਇੱਦਾਂ ਦਾ ਬੌਂਡ ਹੈ ਫਿਲਮ 'ਚ, ਪਿਆਰ ਬਹੁਤ ਕਰਦੇ ਇੱਕ ਦੂਜੇ ਨੂੰ, ਪਰ ਉਹ ਟਿੱਚਰ ਬਾਜੀ ਜੀ ਬੜੀ ਹੈ। ਉਹਨਾਂ ਨੂੰ ਵੀ ਲੱਗਦਾ ਕਿ ਯਾਰ ਮੁੰਡਾ ਵਿਹਲਾ ਹੈ, ਕੋਈ ਕਿਸੇ ਕੰਮ ਲੱਗ ਜਾਵੇ, ਅਤੇ ਉਹ ਕੁਛ ਉਹ ਉਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਮੈਂ ਜਿਹੜਾ ਮਜਨੂੰ ਇਹਨੂੰ ਮੈਂ ਕੋਈ ਨੌਕਰੀ ਲਵਾ ਦਵਾਂ ਕਰ ਦਵਾਂ, ਇਹ ਕਹਿੰਦਾ ਲੈ ਮੈਂ ਕੋਈ ਛੋਟਾ ਕੰਮ ਥੋੜ੍ਹੀ ਕਰਨ ਲਈ ਜੰਮਿਆ ਯਾਰ, ਉਹ ਮਤਲਬ ਆਪਣੇ ਆਪ 'ਚ ਹੀ ਹੋ ਗਏ ਜਦੋਂ ਕਹਿੰਦਾ ਲੈ ਮਜਨੂੰ ਪ੍ਰਧਾਨ ਹੈ ਪ੍ਰਧਾਨ, ਉਹ ਫੀਲਿੰਗ 'ਚ ਹੈ। ਉੱਦਾਂ ਦੇ ਉਹਦੇ ਆਸੇ ਪਾਸੇ ਜਿਹੜੇ ਉਹਦੇ ਯਾਰ ਦੋਸਤ ਨੇ ਉਹ ਵੀ ਇਸੇ ਚੀਜ਼ ਦਾ ਉਹਦਾ ਫਾਇਦਾ ਵੀ ਚੱਕਦੇ ਨੇ, ਅਤੇ ਇਹਨੂੰ ਫੂਕ ਵੀ ਛਕਾ ਕੇ ਰੱਖਦੇ ਕਿ ਨਹੀਂ ਨਹੀਂ ਆਪਾਂ ਛੋਟਾ ਕੰਮ ਨਹੀਂ ਕਰਨਾ ਮਜਨੂੰ, ਮਜਨੂੰ ਬਾਈ, ਉਹ ਮਜਨੂੰ ਬਾਈ ਬਣੀ ਫਿਰਦਾ। ਮਤਲਬ ਅੱਜ ਦੇ ਟਾਈਮ 'ਚ ਇਹ ਕਰੈਕਟਰ ਕੱਢਿਆ ਹੋਇਆ ਨੇ, ਇਹ ਅੱਜ ਦੇ ਟਾਈਮ 'ਚ ਹਰ ਬੰਦੇ ਦੀ ਫੀਲਿੰਗ ਇੱਦਾਂ ਹੀ ਹੁੰਦਾ ਵੀ ਬਈ ਮੈਂ ਤਾਂ ਪ੍ਰਧਾਨ ਹਾਂ ਨਾ, ਮੈਂ ਛੋਟੇ ਕੰਮ ਕਿੱਥੇ ਕਰੂੰ। ਬਿਲਕੁਲ, ਇਹ ਅੱਜ ਦੇ ਟਾਈਮ ਦਾ ਹੀ ਹੈ। ਉਸੇ ਤਰ੍ਹਾਂ ਜਿਹੜਾ ਮਜਨੂੰ ਹੈ ਸਾਡਾ, ਉਹਦੀ ਫਿਲਮ 'ਚ ਵੀ ਇੱਕ ਉਹ ਹੈਗਾ ਕਿ ਮੈਂ ਕੈਨੇਡਾ ਜਾਣਾ, ਕਿ ਮੈਂ ਨਹੀਂ ਇੱਥੇ ਰਹਿਣਾ, ਡਾਲਰ ਕਮਾਉਣੇ ਆ, ਡਾਲਰ ਡੁਲਰ ਕਮਾਉਣੇ, ਵੱਡਾ ਕੰਮ ਕਰਨਾ ਕੋਈ ਬਾਪੂ। ਅਤੇ ਉਹ ਹੁਣ ਕੈਨੇਡਾ ਜਾਣ ਲਈ ਜਿਹੜਾ ਉਹ ਮਤਲਬ ਉਹ ਇੰਨਾ ਭੋਲਾ ਕਹਿ ਲਓ ਜਾਂ ਉਹਨੂੰ ਕਹਿ ਲਓ ਅਵੇਅਰ ਨਹੀਂ ਹੈ ਬੰਦਾ, ਕਿ ਉਹਨੂੰ ਇਹ ਵੀ ਨਹੀਂ ਪਤਾ ਕਿ ਪਾਸਪੋਰਟ ਕੀ ਚੀਜ਼ ਹੈ, ਫਿਰ ਪਾਸਪੋਰਟ ਦਾ ਵੀਜ਼ਾ ਲੱਗਣਾ ਹੈ, ਕਿੱਦਾਂ ਹੋਣੇ ਸਾਰੇ ਕੰਮ, ਕਿ ਕੈਨੇਡਾ ਇਹ ਨਹੀਂ ਚੱਲ ਜਾਂਦੇ। ਅੱਛਾ, ਅਤੇ ਉਹ ਕੁਛ ਕਰਾਉਂਦਿਆਂ ਕਰਾਉਂਦਿਆਂ, ਜਿਵੇਂ ਤੁਸੀਂ ਫਿਲਮ 'ਚ ਵੀ ਦੇਖਿਆ ਕਿ ਕੁੜੀ ਦੇਖ ਦੀ ਐਂਟਰੀ ਹੁੰਦੀ ਹੈ ਜਿਹੜੀ ਬਾਹਰੋਂ ਆਉਂਦੀ ਹੈ, ਅਤੇ ਕੁਛ ਸਾਡੀ ਕਹਾਣੀ ਇੱਦਾਂ ਘੁੰਮਦੀ ਹੈ ਕਿ ਉਹ ਹਾਸਾ ਮਜ਼ਾਕ ਥੋੜ੍ਹਾ ਸੀਰੀਅਸ ਕਨਵਰਟ ਹੋ ਜਾਂਦਾ। ਕਿਰਨ, ਤੁਹਾਡੇ ਕਰੈਕਟਰ ਦਾ ਮੂਡ ਕਿਹੋ ਜਿਹਾ? ਮੈਂ ਇੱਕ ਪਿੰਡ ਦੀ ਕੁੜੀ ਦਾ ਕੈਰੈਕਟਰ ਪਲੇ ਕੀਤਾ, ਤੇ ਜੋ ਕਿ ਲਾਈਕ ਥੋੜੀ ਚੁਲਬਲੀ ਲੜਾਕਣ ਮਜਨੂੰ ਦੇ ਨਾਲ, ਮਤਲਬ ਥੋੜੀ ਜਿਹੀ ਕ੍ਰੇਜ਼ੀ ਹੈ ਮਜਨੂੰ ਬਾਰੇ, ਕ੍ਰੇਜ਼ੀ ਮਤਲਬ ਮਜਨੂੰ ਮਤਲਬ ਕਿਸੇ ਵੱਲ ਵੇਖਣਾ ਵੀ ਨਹੀਂ ਹੈਗਾ, ਇੱਕਦਮ ਲੱਟੂ ਹੋ ਗਈ ਮਜਨੂੰ ਤੇ ਵੀ ਯਾਰ, ਜੋ ਵਜਾ ਮਜਨੂੰ ਆ ਬਸ, ਜਿੱਦਾਂ ਹੁੰਦਾ ਨਾ ਕਿ ਬਈ ਨਹੀਂ ਆ ਮੇਰਾ ਹੈ ਤਾਂ ਬਸ ਲਾਈਕ ਇਹ ਮੇਰਾ ਹੀ ਹੈ, ਕਿ ਮਜਨੂੰ ਕਿਸੇ ਹੋਰ ਵੱਲ ਵੇਖ ਨਹੀਂ ਸਕਦਾ, ਇੱਦਾਂ ਲਾਈਕ ਇੱਦਾਂ ਦੀ ਚੁਲਬਲੀ ਜੀ ਕੁੜੀ ਦਾ ਕੈਰੈਕਟਰ ਪਲੇ ਕੀਤਾ। ਵੈਸੇ ਕੁੜੀ ਨੂੰ ਇੱਦਾਂ ਇੱਦਾਂ ਦੇ ਮੁੰਡੇ ਪਸੰਦ ਲੱਗਦੇ ਸੱਚੀ ਨਾ? ਇਹ ਹੁੰਦੀ ਹੈ ਗੱਲ ਵੀ ਕਿੱਦਾਂ ਦੇ ਮੁੰਡੇ ਫੱਕਰ ਜੇ, ਇਹਨੂੰ ਕੋਈ ਟੈਨਸ਼ਨ ਨਾ ਹੋਵੇ, ਮੈਨੂੰ ਤੁਹਾਡੀ ਵਾਰ ਕਿਹਦੀ ਮਾਰਿਆ, ਕਮਾਲ ਦੀ ਗੱਲ ਹੈ, ਤੁਸੀਂ ਆਹੀ ਸੁਣਨਾ ਸੀ, ਇਹੀ ਵੇਟ ਕਰ ਰਹੇ ਸੀ, ਮੈਂ ਉਹੀ ਸੁਣਨਾ ਚਾਹ ਰਹੀ ਸੀ ਕਿੱਦਾਂ ਦੇ, ਕਿੱਦਾਂ ਦੇ ਮੁੰਡੇ, ਮੈਂ ਦੱਸਦਾ ਮੈਂ ਤੁਹਾਡੇ ਵਰਗੇ, ਆਈ ਥਿੰਕ ਤਾਂ ਕੁੜੀਆਂ ਨੂੰ ਪਤਾ ਹੋਊਗਾ ਭਾਈ, ਸਮਾਰਟ ਜਿਹਾ ਪਿਆਰ ਨੀ ਹੋ ਗਿਆ ਅੱਜ ਕੱਲ੍ਹ, ਹਾਂ ਈਜ਼ੀ ਪਿਆਰ ਹੈ ਨਾ, ਉਹ ਜਿੱਦਾਂ ਵੀ ਵਾਈਫਾਈ ਵਾਲਾ ਪਿਆਰ ਹੋ ਗਿਆ, ਡੰਡੇ ਗਏ ਨੀ ਤੇ ਪਿਆਰ ਟੁੱਟਿਆ ਨੀ, ਹੈਨਾ? ਬਿਲਕੁਲ ਬਿਲਕੁਲ ਸਹੀ ਗੱਲ। ਮੈਂ ਇੱਕ ਪਹਿਲਾਂ ਵੀ ਇੱਕ ਇੰਟਰਵਿਊ 'ਚ ਕਿਹਾ ਸੀ, ਮੈਂ ਕਿਹਾ ਜਿਹੜੇ ਸਾਡੀ ਫਿਲਮ ਦੇ ਜਿਹੜੇ ਆ ਤਿੰਨ ਕੁ ਗਾਣੇ ਆਏ ਨਾ ਹਜੇ ਤੱਕ, ਇੱਕ ਰਿਲੇਸ਼ਨਸ਼ਿਪ ਨੂੰ ਅੱਜ ਦੇ ਦੌਰ 'ਚ ਬੜਾ ਵਧੀਆ ਜਿਹਾ ਐਕਸਪਲੇਨ ਕਰਦੇ ਆ, ਜਿਵੇਂ ਤੁਸੀਂ ਗਾਣੇ ਸ਼ਾਇਦ ਸੁਣੇ ਹੋਣ, ਅਤੇ ਪਹਿਲਾਂ ਜਦੋਂ ਤਾਜ਼ਾ ਤਾਜ਼ਾ ਇੱਕ ਦੂਜੇ ਨੂੰ ਦੇਖਦੇ ਨਾ, ਮੁੰਡਾ ਕੁੜੀ ਅਟਰੈਕਸ਼ਨ ਜੀ ਸ਼ੁਰੂ ਹੁੰਦੀ ਹੈ, ਉਦੋਂ ਮੁੰਡਾ ਗਾਣੇ ਗਾਉਂਦਾ ਕਿ ਤੇਰਾ ਅਰਬ 'ਚ ਜਾਣਾ ਬੈਨ, ਤੇਲ 'ਤੇ ਖੂਹਾਂ ਨੂੰ ਅੱਗ ਲੱਗ ਜੂ, ਮਤਲਬ ਉਹਦੀ ਇੱਦਾਂ ਪੂਰਾ ਐਂ ਕਰਦੀ ਨਾ, ਉਹਦਾ ਤਾਰੀਫ ਕਰਦਾ ਮੁੜ ਕੇ, ਫਿਰ ਜਦੋਂ ਦੋਨਾਂ ਦੀ ਥੋੜ੍ਹੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਫਿਰ ਉਹਨੂੰ ਲੱਗਦਾ ਕਿ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ, ਫਿਰ ਮੁੰਡਾ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਕੁੜੀ ਦੋਨਾਂ ਦੇ ਪੁਆਇੰਟ ਵੀ ਨਾਲ, ਕਿ ਤੇਰੇ ਬਿਨਾਂ ਮੈਂ ਕਮਲਾ ਹੋਈ ਜਾਵਾਂ ਸੋਹਣੀਏ, ਫਿਰ ਤੂੰ ਕੁਛ ਮਹੀਨੇ ਡੇਢ ਮਹੀਨੇ ਲੰਘਦੇ ਆ ਅੱਜ ਦੇ ਪਿਆਰ ਦੇ ਹਿਸਾਬ ਨਾਲ,
ਫਿਰ ਜਦੋਂ ਥੋੜ੍ਹੀ ਨੁੱਕਾਤਾਨੀ ਸ਼ੁਰੂ ਹੁੰਦੀ ਹੈ ਜਾਂ ਉਹਨੂੰ ਲੱਗਦਾ ਕਿ ਮੇਰੀ ਫਰੀਡਮ ਜਾ ਰਹੀ ਹੈ ਤਾਂ ਫਿਰ ਉਹ ਸਟੇਜ 'ਤੇ ਆ ਜਾਂਦਾ ਜਿਹੜਾ ਸਾਡਾ ਤੀਜਾ ਗਾਣਾ ਆਇਆ ਕਿ ਬੇਦਰਦੀਆ ਬੇਦਰਦੀਆ। ਸਹੀ ਗੱਲ ਹੈ, ਜਮਾ ਜਮਾ ਤੁਸੀਂ ਸਹੀ ਗੱਲ ਪਕੜੀ। ਅੱਜ ਕੱਲ੍ਹ ਸੈਡਲੀ ਥੋੜ੍ਹਾ ਜਿਹਾ ਤੁਸੀਂ ਜਿਵੇਂ ਕਿਹਾ ਨਾ ਵਾਈਫਾਈ ਵਾਲਾ ਪਿਆਰ ਜਿਹਾ, ਸੈਡਲੀ ਕੁਛ ਮਾਹੌਲ ਇੱਦਾਂ ਦਾ ਹੋਇਆ ਹੋਇਆ, ਹੋਣਾ ਨਹੀਂ ਚਾਹੀਦਾ। ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਕਿਰਨ ਤੁਹਾਡਾ ਕੀ ਮੰਨਣਾ ਵੀ ਪਿਆਰ ਕਿਹੋ ਜਿਹਾ ਹੈਗਾ ਜਾਂ ਕਿਹੋ ਜਿਹਾ ਹੋਣਾ ਚਾਹੀਦਾ, ਜਾਂ ਅੱਜ ਦੇ ਟਾਈਮ 'ਚ ਲੱਗਦਾ ਵੀ ਇੱਦਾਂ ਦਾ? ਅੱਜ ਤਾਂ ਯਾਰ ਗੱਲਾਂ ਬਾਤਾਂ ਹੈ ਹੀ ਨਹੀਂ ਜੋ ਆਪਾਂ ਕਿਤਾਬਾਂ 'ਚ ਪੜ੍ਹਿਆ, ਮੈਂ ਇੱਦਾਂ ਨਹੀਂ ਕਹਿੰਦਾ। ਹਾਂਜੀ ਹਾਂਜੀ, ਬਟ ਦੇਖੋ ਹੁਣ ਹਰ ਇੱਕ ਦੀ ਆਪਣੀ ਆਪਣੀ ਮਤਲਬ ਡੈਫੀਨੇਸ਼ਨ ਹੋ ਸਕਦੀ ਹੈ, ਅਤੇ ਆਪਣੀ ਫਿਲਮ ਤਾਂ ਚਲੋ ਮਤਲਬ ਇੱਕ ਅਲੱਗ ਹੀ ਆਪਾਂ ਇਹਨੂੰ ਦਿਖਾ ਰਹੇ ਹਾਂ ਕਿ ਕੌਣ ਕਿਹਨੂੰ ਕਿਹਦੇ ਲਈ ਕਿੰਨਾ ਕੁ ਕਰ ਸਕਦਾ, ਮਤਲਬ ਇੱਕ ਪਿਆਰ ਵਿੱਚ ਕੌਣ ਕਿਹਦੇ ਲਈ ਕਿੰਨਾ ਕਰ ਸਕਦਾ। ਅਤੇ ਹੁਣ ਰੀਅਲ ਲਾਈਫ ਦੇ ਵਿੱਚ ਵੀ ਲੋਕ ਕਰਦੇ ਹੋਣੇ ਸਾਰੇ ਇੱਕ ਦੂਜੇ ਨੂੰ ਕਰਦੇ ਹੀ ਨੇ, ਬੇਸ਼ੱਕ ਉਹ 2 ਮਹੀਨੇ ਦਾ ਪਿਆਰ ਹੋਵੇ, 6 ਮਹੀਨੇ ਦਾ ਹੋਵੇ, 2 ਸਾਲ, ਕਿਸੇ ਨਾ ਕਿਸੇ ਲੈਵਲ 'ਤੇ ਤਾਂ ਉਹ ਪਿਆਰ ਕਰਦੇ ਹੈ ਨਾ। ਉਹ ਬਾਅਦ ਵਿੱਚ ਕਿਸੇ ਰੀਜ਼ਨ ਕਰਕੇ ਉਹਨਾਂ ਨੂੰ ਮੂਵ ਆਊਟ ਕਰਨਾ ਪੜੇ ਤਾਂ ਅਲੱਗ ਚੀਜ਼ ਹੋ ਗਈ, ਬਟ ਪਿਆਰ ਤਾਂ ਕਰਦੇ ਹੀ ਨੇ। ਜਸਟੀਫਾਈ ਕਰਤਾ ਇਹਨਾਂ ਨੇ, ਜਸਟੀਫਾਈ ਕਰਤਾ ਇਹਨਾਂ ਨੇ ਕਿ ਵਾਈਫਾਈ ਕਨੈਕਸ਼ਨ ਹੈ, ਪਰ ਹੈ ਤਾਂ ਵਾਈਫਾਈ ਹੈ। ਕਿੰਨਾ ਸਮਾਰਟਲੀ ਆਨਸਰ ਦਿੱਤਾ ਇਹਨਾਂ ਨੇ ਨਾ, ਵੀ ਪਿਆਰ ਤਾਂ ਪਿਆਰ ਹੀ ਹੈ, ਚਾਹੇ 4 ਦਿਨ ਕਰ ਲਓ, ਪਿਆਰ ਪਿਆਰ ਹੀ ਹੈ। ਫਿਰ ਮੁੜ ਕੇ ਇਹੀ ਕੁੜੀਆਂ ਕਹਿੰਦੀਆਂ ਨੇ ਲੜਕੀ ਤੋਂ ਦੇਖੋ ਧੋਖਾ ਦਿੱਤੇ ਹੈ। ਹਾਂ ਸਹੀ ਗੱਲ, ਲਾਂਬੇ ਲੜਕੀਆਂ ਵਾਲੇ ਨਹੀਂ ਹੁੰਦੇ ਆ। ਬਿਲਕੁਲ ਬਿਲਕੁਲ, ਤੁਸੀਂ ਲਾਂਬੇ ਵੀ ਦਿੰਦੇ ਹੋ। ਹਾਂ ਹਾਂ, ਜਸਟੀਫਾਈ ਕਰਿਓ, ਪਿਆਰ ਤਾਂ ਪਿਆਰ ਹੀ ਹੈ। ਮੁੰਡੇ ਕਹਿੰਦੇ ਪਿਆਰ ਤਾਂ ਪਿਆਰ ਹੀ, ਉਦੋਂ ਨਹੀਂ ਮੰਨਣਾ ਸੀ, ਉਦੋਂ ਕੋਈ ਤਾਂ ਰੀਜ਼ਨ ਹੁੰਦਾ ਹੋਣਾ ਮੁੰਡਿਆਂ ਨੂੰ ਛੱਡਣ ਦਾ ਕੁੜੀਆਂ ਦਾ। ਕੋਈ ਤਾਂ ਰੀਜ਼ਨ ਹੁੰਦਾ ਹੋਣਾ ਕੁੜੀਆਂ ਦਾ ਹੁੰਦਾ, ਮੁੰਡਿਆਂ ਦਾ। ਦੂਜੇ ਪਿੱਛੇ ਜਦੋਂ ਚਲੇ ਜਾਣਾ ਬੰਦੇ ਨੇ ਕੈਨੇਡਾ ਵਾਲੀ ਪਿੱਛੇ, ਫਿਰ ਤਾਂ ਛੱਡਣਾ ਹੀ ਪੈਣਾ। ਤੁਸੀਂ ਗੱਲ ਨਹੀਂ ਸਮਝ ਰਹੇ, ਪਿਆਰ ਤਾਂ ਪਿਆਰ ਹੀ ਹੈ ਨਾ, ਚਾਹੇ ਉਹ ਕਿਸੇ ਹੋਰ ਮਗਰ ਚਲੇ ਜਾ। ਹਾਂ ਇਹ ਗੱਲ ਥੋੜੀ, ਅਸੀਂ ਗੱਲ ਵੱਡੀ ਕਰਦੇ ਆ, ਪਿਆਰ ਤਾਂ ਪਿਆਰ ਹੀ ਆ, ਪਿਆਰ ਤਾਂ ਪਿਆਰ ਹੀ, ਉਧਰ ਵੀ ਤਾਂ ਪਿਆਰ ਹੀ ਕੀਤਾ, ਉਧਰ ਆਪਾਂ ਗਾਲ ਕੱਢ ਕੇ ਥੋੜੀ ਹੀ ਕਿਹੜੇ ਨਾਲ, ਉਧਰ ਵੀ ਪਿਆਰ ਕਰਕੇ ਨਹੀਂ, ਬਟ ਜਿਹੜਾ 2-4-6 ਮਹੀਨੇ ਵਾਲਾ ਪਿਆਰ ਹੁੰਦਾ, ਟਰੂ ਲਵ ਟੈਵੇਂ ਡਾਈਸ ਲਾਈਨ ਇਹਦੇ ਤੇ ਫਿੱਟ ਨਹੀਂ ਆਉਂਦੀ। ਹਾਂ ਹੈ ਕਿ ਨਹੀਂ, ਹੁਣ ਹੁਣ ਬੰਦੇ ਗੱਲ ਦੇਖਣ ਲਿਆਂਦਾ ਬੰਬੇ ਹੀ ਲਾਈਨ ਤੇ ਪੰਜਾਬ ਕੇ ਹਿਸਾਬ ਸੇ ਬਰ ਸਹੀ ਗੱਲ ਹੈ। ਉਹ ਕਈ ਵਾਰੀ ਇਦਾਂ ਹੁੰਦਾ ਨਾ, ਜਿਹੜਾ ਪਹਿਲਾਂ ਪਿਆਰ ਹੁੰਦਾ ਉਹ ਗੁਲਾਬਾਂ ਵਾਲਾ ਹੁੰਦਾ ਹਨਾ, ਵੀ ਗੁਲਾਬ ਜੇ ਦੇਤੇ, ਪਰ ਬਾਅਦ 'ਚ ਪਤਾ ਲੱਗਦਾ ਵੀ ਯਾਰ ਪਿਆਰ 'ਚ ਧਨੀਆ ਵੀ ਆਉਂਦਾ, ਧਨੀਆ ਮੇਥੇ ਵੀ ਪਿਆਰ ਦਾ ਹਿੱਸਾ ਨੇ, ਘਰ ਧਨੀਆ ਮੇਥੇ ਨਾਲ ਚੱਲਣਾ, ਗੁਲਾਬਾਂ ਨਾਲ ਨਹੀਂ ਚੱਲਣਾ, ਬਾਅਦ 'ਚ ਇਹ ਚੀਜ਼ ਵੀ ਪਤਾ ਲੱਗਦੀ ਹੈ। ਨਹੀਂ ਗੁਲਾਬ ਹੀ ਗੁਲਾਬ ਹੈ ਜੀ। ਹਾਂ ਮੈਂ ਕਹਿੰਦਾ ਬੜੇ ਲੱਕੀ ਹੋਣਗੇ ਲੋਕ ਜਿਹੜੇ ਉਹ ਧਨੀਆ ਵੀ ਹੈ, ਕੰਡੇ ਵੀ ਹੈ, ਕਦੇ ਗੋਭੀ ਵੀ ਹੋਊ, ਕਦੇ ਕੱਦੂ ਵੀ ਹੋਊਗਾ ਲਾਈਫ ਦਾ, ਪਰ ਫਿਰ ਵੀ ਜੋ ਐਟ ਦੀ ਐਂਡ ਆਫ ਦਾ ਡੇ ਜੋ ਗੁਲਾਬਾਂ ਨੂੰ ਯਾਦ ਰੱਖਣ ਆਪਣੇ ਰਿਲੇਸ਼ਨਸ਼ਿਪ ਦੇ, ਆਪਣੇ ਲਾਈਫ ਦੇ, ਤਾਂ ਲਾਈਫ ਬੜੀ ਵਧੀਆ ਹੋ ਸਕਦੀ ਹੈ। ਮਤਲਬ ਪ੍ਰੋਬਲਮਸ ਤਾਂ ਆਉਣੀਆਂ ਹੀ ਹੈ, ਉੱਤੇ ਥੱਲੇ ਲਾਈਫ 'ਚ ਚੱਲਦਾ ਹੀ ਰਹਿਣਾ, ਪਰ ਜੋ ਤੁਹਾਡੀ ਲਾਈਫ 'ਚ ਚੰਗਾ ਜੇ ਤੁਸੀਂ ਉਹਦੇ 'ਤੇ ਫੋਕਸ ਕਰੋ, ਤਾਂ ਮੈਨੂੰ ਲੱਗਦਾ ਕਿ ਫਿਰ ਬਹੁਤ ਵਧੀਆ ਲਾਈਫ ਹੋ ਸਕਦੀ ਹੈ। ਕਿਆ ਬਾਤ ਹੈ, ਮੈਂ ਤੁਹਾਡੇ ਤੋਂ ਪੁੱਛਦਾ ਜ਼ਿੰਦਗੀ ਕੀ ਹੈ ਵੀਰੇ? ਆਪਾਂ ਅਸੀਂ ਜ਼ਿੰਦਗੀ ਨੂੰ, ਚੱਲ ਆਪਾਂ ਥੋੜ੍ਹਾ ਹੋਰ ਪਾਸੇ ਲੈ ਕੇ ਚੱਲਦੇ ਹਾਂ, ਆਪਾਂ ਜ਼ਿੰਦਗੀ ਨੂੰ ਬੜਾ ਔਖਾ ਜਿਹਾ ਨਹੀਂ ਬਣਾਈ ਬੈਠੇ? ਮੈਂ ਕਈ ਵਾਰ ਇਹ ਜਿਵੇਂ ਡੈਡ ਨਾਲ ਵੀ ਗੱਲ ਕਰਨੀ, ਮੋਮ ਨਾਲ ਵੀ ਗੱਲ ਕਰਨੀ ਕਿ ਮਤਲਬ ਇੰਨੀ ਮਾਰਾਮਾਰੀ ਕਾਹਦੀ ਹੈ, ਬਸ ਹੋਣੀ ਨਹੀਂ ਚਾਹੀਦੀ ਓਨੈਸਟਲੀ। ਠੀਕ ਹੈ ਹਰ ਬੰਦੇ ਨੇ ਆਪਣੀ ਕਿਰਤ ਕਰਨੀ ਹੈ, ਕਮਾਈ ਕਰਨੀ ਹੈ, ਨਾਮ ਬਣਾਉਣਾ ਹੈ, ਪਰ ਇਹ ਜਿਹੜੀ ਆਪਾਂ ਪਰੇਸ਼ਾਨੀ ਜੀ ਪਾ ਲੈਂਦੇ ਨਾ, ਜਿਵੇਂ ਤੁਸੀਂ ਕਿਹਾ ਕਿ ਜ਼ਿੰਦਗੀ ਕੀ ਹੈ, ਇਹ ਤਾਂ ਆਪਾਂ ਭੁੱਲ ਹੀ ਗਏ ਕਿ ਜੇ ਤੁਸੀਂ ਕਿਵੇਂ ਲੋਕ ਕਹਿੰਦੇ ਨਾ 84 ਲੱਖ ਜੂਨਾਂ ਤੋਂ ਬਾਅਦ ਜਾ ਕੇ ਇਹ ਮਨੁੱਖੀ ਜੀਵਨ ਮਿਲਦਾ, ਇੱਕ ਜ਼ਿੰਦਗੀ ਤੁਹਾਨੂੰ ਮਿਲਦੀ ਹੈ, ਕਿਸੇ ਚੰਗੇ ਕਰਮ ਕੀਤੇ ਤਾਂ ਤੁਸੀਂ ਦੁਬਾਰਾ ਇਨਸਾਨ ਬਣੇ ਹੋ, ਪਰ ਤੁਸੀਂ ਆਏ ਤਾਂ ਜੀਣ ਹੋ ਨਾ, ਫਿਰ ਜੀ ਤਾਂ ਲਓ। ਬਿਲਕੁਲ, ਅਤੇ ਜਿਹੜਾ ਰੋਜ਼ ਰੋਜ਼ ਦਾ ਮਰਨਾ ਬਿਨਾਂ ਗੱਲੋਂ, ਉਹ ਆਈ ਥਿੰਕ ਉਹ ਸਾਰਾ ਜਿਹੜਾ ਪਰਪਸ ਹੈ ਨਾ, ਜਿਹੜੀ ਜਿਹਨੂੰ ਆਪਾਂ ਕਹਿੰਦੇ ਰੱਬ ਦੀ ਬਲੈਸਿੰਗ ਹੈ, ਸਪੈਸ਼ਲੀ ਜੇ ਤੁਸੀਂ ਨਿਰੋਗੀ ਹੋ, ਜੇ ਤੁਹਾਨੂੰ ਕੋਈ ਰੋਗ ਨਹੀਂ ਹੈ, ਤੁਹਾਡੇ ਹੱਥ ਪੈਰ ਪ੍ਰੋਪਰ ਚੱਲਦੇ ਹੈ, ਤੁਹਾਨੂੰ ਖਾਣ ਪੀਣ ਨੂੰ ਪ੍ਰੋਪਰ ਮਿਲ ਰਿਹਾ ਸਭ ਕੁਛ, ਤਾਂ ਇਸ ਤੋਂ ਵੱਡੀ ਮੈਂ ਕਹਿੰਦਾ ਸ਼ੁਕਰ ਕਰੋ ਰੋਜ਼ ਉੱਠ ਕੇ ਅਤੇ ਖੁਸ਼ੀ ਖੁਸ਼ੀ ਜੀਓ। ਬਹੁਤ ਸੋਹਣੀ ਗੱਲ ਕਹੀ, ਸ਼ੁਕਰਾਨਾ ਕਿਰਨ, ਕਿਤੇ ਨਾ ਕਿਤੇ ਆਪਾਂ ਤੋਂ ਤੁਸੀਂ ਵੀ ਇਹ ਗੱਲ 'ਤੇ ਜ਼ਰੂਰ ਆਪਣੀ ਰਾਏ ਰੱਖੋ, ਸ਼ੁਕਰਾਨਾ ਕਰਨਾ ਅਸੀਂ ਭੁੱਲ ਗਏ, ਅਸੀਂ ਸ਼ਿਕਵੇ ਵੱਲ ਅਸੀਂ ਜ਼ਿਆਦਾ ਹੋ ਗਏ ਹੈ ਨਾ,
ਹਰ ਬੰਦੇ ਤੋਂ ਸਾਨੂੰ ਸ਼ੁਕਰਾਨਾ ਸੀ ਕਿਸੇ ਦਾ ਨਹੀਂ ਕਰਦੇ। ਨਹੀਂ ਮੈਂ ਨਹੀਂ ਐਗਰੀ ਕਰਦੀ ਇਸ ਚੀਜ਼ ਨੂੰ, ਬਿਕੋਜ਼ ਮੈਂ ਹਰ ਇੱਕ ਬੰਦੇ ਦਾ ਸ਼ੁਕਰਾਨਾ ਕਰਦੀ ਵੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਰੱਬ ਦਾ, ਉਸ ਤੋਂ ਬਾਅਦ ਮੇਰੇ ਨਾਲ ਜਿਹੜਾ ਵੀ ਜੁੜਿਆ ਇਨਸਾਨ, ਜਾਂ ਫਿਰ ਜੇ ਫਿਲਮ ਦੇ ਨਾਲ ਹੀ ਲਗਾ ਲਓ ਪਹਿਲੇ ਦਿਨ ਤੋਂ ਲੈ ਕੇ ਜਿਹੜਾ ਅੱਜ ਤੱਕ ਜਿਹੜਾ ਜੁੜਿਆ, ਇੱਕ ਸਪੋਟ ਬੋਏ ਤੱਕ, ਲਾਈਟਮੈਨ, ਸਭ ਦਾ ਸ਼ੁਕਰਾਨਾ ਹੱਥ ਜੋੜ ਕੇ ਕਿ ਤੁਸੀਂ ਸਾਡੇ ਨਾਲ ਮਤਲਬ ਸਾਡਾ ਸਪੋਰਟ ਕੀਤਾ, ਸਾਡੇ ਨਾਲ ਕੰਮ ਕੀਤਾ। ਅਤੇ ਪਰਸਨਲ ਲਾਈਫ ਦੇ ਵਿੱਚ ਵੀ ਜਿਹੜੇ ਬੰਦੇ ਨੇ ਮੇਰੇ ਨਾਲ ਮਤਲਬ ਕਿਸੇ ਵੀ ਪਰਸਨ ਨੇ ਥੋੜ੍ਹੀ ਬਹੁਤ ਵੀ ਅਗਰ ਮੇਰੀ ਕਿਤੇ ਹੈਲਪ ਕੀਤੀ ਹੋਵੇ ਜਾਂ ਫਿਰ ਮੈਨੂੰ ਕੁਛ ਸਮਝਾਇਆ ਹੋਵੇ, ਮੈਨੂੰ ਕੁਛ ਸਿਖਾਇਆ ਹੋਵੇ, ਤਾਂ ਮੈਂ ਉਹਨਾਂ ਨੂੰ ਥੈਂਕ ਯੂ ਹੀ ਕਹਿੰਦੀ ਹਾਂ ਕਿ ਥੈਂਕ ਯੂ ਤੁਸੀਂ ਮੈਨੂੰ ਮਤਲਬ ਸਮਝਾਇਆ ਜਾਂ ਮੈਨੂੰ ਸਿਖਾਇਆ। ਆਈ ਵਿਸ਼ ਕਿ ਮੈਂ ਇਸੇ ਚੀਜ਼ ਨੂੰ ਅੱਗੇ ਲੈ ਕੇ ਚੱਲਾਂ। ਅਤੇ ਮੈਂ ਹਰ ਇੱਕ ਚੀਜ਼ ਦਾ, ਹਰ ਇੱਕ ਬੰਦੇ ਦਾ ਸ਼ੁਕਰਾਨਾ ਕਰਦੀ ਹਾਂ। ਮੈਂ ਨਹੀਂ ਮੰਨਦੀ ਕਿ ਮੈਂ ਸ਼ੁਕਰਾਨਾ ਕਰਨਾ ਭੁੱਲ ਗਿਆ, ਬਾਕੀ ਭੁੱਲ ਗਏ ਹੁਣ ਤਾਂ ਮੈਨੂੰ ਨਹੀਂ ਪਤਾ, ਪਰ ਮੈਂ ਨਹੀਂ ਭੁੱਲੀ। ਸਵਾਲ ਸੀ ਪਰਸਨਲ ਥੋੜੀ ਥਾ ਕਿ ਆਪ ਕਰਤੇ ਹੋ, ਥੋੜੀ ਰਾਏ ਲੈਣੀ ਸੀ ਕਿ ਇਦਾਂ ਨਹੀਂ ਗਿਆ ਵੀ ਤੁਸੀਂ ਨਹੀਂ ਕਰਦੇ, ਸਾਨੂੰ ਤੁਹਾਡੇ ਤੋਂ ਕੋਈ ਸ਼ਿਕਵਾ ਨਹੀਂ, ਤੁਸੀਂ ਕਰਦੇ ਹੋ। ਬਾਕੀ ਹੁਣ ਦੇਖੋ ਸਾਰੇ ਦੀ ਡੈਫੀਨੇਸ਼ਨ ਆਪਣੀ ਹੁਣ ਦਿਮਾਗ ਦੀ ਹੁੰਦੀ ਹੈ, ਤੁਹਾਨੂੰ ਨਹੀਂ ਲੱਗਦਾ ਇਨ ਜਨਰਲ, ਕਿਉਂਕਿ ਕਈ ਵਾਰ ਇਦਾਂ ਹੁੰਦਾ ਨਾ ਜਿਹੜਾ ਬੰਦਾ ਜਿਵੇਂ ਤੁਸੀਂ ਡਿਫਾਈਨ ਕੀਤਾ ਕਿ ਜੇ ਤੁਸੀਂ ਚੰਗੇ ਹੋ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਅਗਲਾ ਵੀ ਚੰਗਾ ਹੋਵੇ, ਬਟ ਇਦਾਂ ਹੁੰਦਾ ਨਹੀਂ ਇਦਾਂ, ਹਾਂ ਹੈ ਨਾ। ਤੁਹਾਨੂੰ ਨਹੀਂ ਲੱਗਦਾ ਕਿ ਉਹੀ ਗੱਲ ਹੋ ਗਈ ਕਿ ਲੋਕੀ ਕਿਤੇ ਨਾ ਕਿਤੇ ਭੁੱਲ ਗਏ ਨੇ ਚੀਜ਼ਾਂ? ਬਿਲਕੁਲ, ਉਹ ਤਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਟ ਹੁਣ ਅਸੀਂ ਹੁਣ ਕਿਸੇ ਨੂੰ ਸਿਖਾ ਨਹੀਂ ਸਕਦੇ, ਹੁਣ ਠੀਕ ਹੈ ਉਹ ਅਗਲੇ ਦੀ ਮਰਜ਼ੀ, ਆਪਾਂ ਫਿਰ ਅੱਗੇ ਮੂਵ ਔਨ, ਕੋਈ ਗੱਲ ਨਹੀਂ, ਸਤਿ ਸ਼੍ਰੀ ਅਕਾਲ। ਕਿਉਂਕਿ ਪਿਆਰ ਤੋਂ ਪਿਆਰ ਹੀ ਹੁੰਦਾ, ਪਿਆਰ ਤੋਂ ਪਿਆਰ ਹੀ ਹੁੰਦਾ, ਵਾਹ ਵੱਡੀ ਗੱਲ ਇਹ ਹੈ। ਪ੍ਰੀਤ ਵੀਰ ਇੱਕ ਗੱਲ ਹੋਰ ਆ ਨਾ, ਨਹੀਂ ਨਹੀਂ ਤੁਸੀਂ ਆਪਦਾ ਕੈਰੀ ਰੱਖੋ, ਅਸੀਂ ਨਾ ਹਰ ਸਾਲ ਅਸੀਂ ਇਹ ਚੀਜ਼ ਡਿਵਾਈਡ ਕਰਦੇ ਹਾਂ, ਅਸੀਂ ਆਪਣਾ ਕਾਰੋਬਾਰ ਨੂੰ ਜਿਹੜਾ ਕਿੰਨਾ ਕੁ ਵਧਾ ਲਿਆ, ਸਾਡਾ ਬਿਜ਼ਨਸ ਕਿੰਨਾ ਕੁ ਵਧਿਆ ਹੈ ਨਾ, ਪ੍ਰੋਪਰਟੀ ਕਿੰਨੀ ਕੁ ਵਧੀ। ਕਦੇ ਬੰਦਾ ਬਹਿ ਕੇ ਸੋਚਦਾ ਵੀ ਆਹ ਸਾਲ ਅਗਲੇ ਸਾਲ ਵੀਰੇ ਖੁਸ਼ੀਆਂ ਕਿੰਨੀਆਂ ਕੁ ਵਧੀਆਂ ਨੇ, ਹੈ ਨਾ, ਸਾਰੀ ਚੀਜ਼ਾਂ ਵਧਾ ਰਹੇ ਹਾਂ ਪਰ ਅਸੀਂ ਉਹਦੀਆਂ ਖੁਸ਼ੀਆਂ ਨੂੰ ਨਹੀਂ ਅਸੀਂ ਵਧਾ ਰਹੇ, ਮੈਨੂੰ ਲੱਗਦਾ, ਹੈ ਨਾ। ਬਿਲਕੁਲ, ਮੈਨੂੰ ਇਹ ਲੱਗਦਾ ਕਿ ਜਿਹੜਾ ਜਿਵੇਂ ਤੁਸੀਂ ਕਿਹਾ ਨਾ ਕਿ ਲੋਕ ਐਸਟੀਮੇਟ ਲਾਉਂਦੇ ਨੇ ਕਿ ਇੰਨਾ ਮੇਰਾ ਕਾਰੋਬਾਰ ਵਧਿਆ, ਇੰਨਾ ਮੇਰਾ ਕੰਮ ਵਧਿਆ, ਇਹ ਚੀਜ਼ਾਂ ਹੋਈਆਂ, ਉਹ ਐਕਸਪੈਕਟੇਸ਼ਨ ਇੰਨੀ ਕਰ ਲਈ ਲੋਕਾਂ ਨੇ ਕਿ ਜੇ ਮੈਂ ਮਤਲਬ ਹਰ ਬੰਦਾ, ਮੈਂ ਆਪਣੇ 'ਤੇ ਲਾਉਣਾ, ਚਲੋ ਮੈਂ ਫਿਲਮਾਂ 'ਚ ਕੰਮ ਕਰ ਰਿਹਾ, ਜੋ ਮੈਂ ਕਰਨਾ ਚਾਹੁੰਦਾ ਸੀ ਮੈਂ ਕਰ ਰਿਹਾ, ਰੱਬ ਨੇ ਅਤੇ ਮਾਂ ਪਿਓ ਨੇ ਮੈਨੂੰ ਮਤਲਬ ਇੰਨਾ ਬਲੈਸਿੰਗ ਹੈ ਕਿ ਮੈਂ ਹੀਰੋ ਬਣ ਗਿਆ, ਚਲੋ ਕਹਿਣ ਨੂੰ ਕਿ ਹੀਰੋ ਦਾ ਟੈਗ ਲੱਗ ਗਿਆ। ਹੁਣ ਮੈਂ ਬੈਠਾ ਸੋਚੀ ਜਾਵਾਂ ਕਿ ਯਾਰ ਦੇਵ ਕਰੋੜ ਦੀ ਫਿਲਮ ਚੱਲ ਗਈ, ਉਹ ਮੇਰੇ ਤੋਂ ਵੱਡਾ ਹੈ, ਇੱਦਾਂ ਹੈ, ਪਰ ਮੈਂ ਇਸ ਚੀਜ਼ 'ਤੇ ਫੋਕਸ ਨਾ ਕਰਾਂ ਕਿ ਮੈਨੂੰ ਵੀ ਤਾਂ ਇੰਨਾ ਕੁਛ ਮਿਲ ਰਿਹਾ। ਤਾਂ ਇਹ ਤਾਂ ਉਹੀ ਗੱਲ ਹੋ ਗਈ ਨਾ ਕਿ ਹੁਣ ਸਿਰ ਸਵਾਹ ਪਾਉਣ ਵਾਲੀ ਗੱਲ ਹੈ ਕਿ ਸਭ ਕੁਛ ਹੁੰਦੇ ਹੋਏ ਵੀ ਅਸੀਂ ਉਹ ਖੁਸ਼ੀਆਂ ਨੂੰ ਮਾਣਨ ਦੀ ਬਜਾਏ ਅਸੀਂ ਉਹ ਸੋਚ ਰਹੇ ਹਾਂ ਕਿ ਜਿੱਥੇ ਮੈਂ ਜਾਣਾ ਚਾਹੁੰਦਾ। ਠੀਕ ਹੈ, ਜਾਓ, ਮਿਹਨਤ ਕਰੋ, ਜੇ ਰੱਬ ਨੇ ਤੁਹਾਡੇ ਲਈ ਉਹ ਚੀਜ਼ ਲਿਖੀ ਤੁਹਾਨੂੰ ਮਿਲ ਜੂਗੀ। ਪਰ ਇਹ ਸੈਡਲੀ ਫਿਰ ਉਹੀ ਗੱਲ ਹੈ ਕਿ ਲੋਕ ਪਤਾ ਨਹੀਂ ਕਿਉਂ ਇਹ ਸੋਚਦੇ ਆ, ਜਿਵੇਂ ਐਕਸੀਡੈਂਟ ਹੁੰਦਾ ਸੜਕ 'ਤੇ, ਕੋਈ ਐਕਸੀਡੈਂਟ ਹੋ ਗਿਆ ਤਾਂ ਯਾਰ ਅਗਲਾ ਸੋਚ ਕੇ ਥੋੜ੍ਹੀ ਆਇਆ ਕਰੋ ਕਿ ਆ ਕੇ ਤੇਰੀ ਗੱਡੀ 'ਚ ਗੱਡੀ ਠੋਕਣੀ ਹੈ ਤਾਂ ਐਕਸੀਡੈਂਟ ਹੀ ਹੈ। ਪਰ ਉਹ ਐਡੀ ਗਰਮੀ ਇੰਨੀ ਹੈ ਲੋਕਾਂ 'ਚ, ਜਾਂ ਪਤਾ ਨਹੀਂ ਇੰਨੇ ਫਰਸਟ੍ਰੇਟਿਡ ਨੇ ਲੋਕ ਕਿ ਬਸ ਖਾਣ ਨੂੰ ਪੈਂਦੇ ਇੱਕ ਦੂਜੇ ਨੂੰ। ਸੋ ਇਹ ਪਤਾ ਨਹੀਂ ਹੁਣ ਕਿੱਦਾਂ ਇਹ ਚੀਜ਼ਾਂ ਦਾ ਕੁਛ ਹੋਊਗਾ ਕਿ ਨਹੀਂ ਹੋਊਗਾ, ਕਿ ਆਹੀ ਕਲਯੁੱਗ ਹੈ ਜਿਹਦੇ ਬਾਰੇ ਸੁਣਦੇ ਹਾਂ। ਸੋ ਇਹ ਤਾਂ ਹੁਣ ਤੁਸੀਂ ਉਹੀ ਹੈ ਕਿ ਆਪਣੇ ਲਈ ਜਿੰਨਾ ਕੁ ਤੁਸੀਂ ਪਰਸਨਲੀ ਕੋਸ਼ਿਸ਼ ਕਰੋ ਕਿ ਜਿੱਥੇ ਵੀ ਤੁਸੀਂ ਜਾਓ ਉੱਥੇ ਦਾ ਤੁਸੀਂ ਮਾਹੌਲ ਜਿੰਨਾ ਵਧੀਆ ਰੱਖ ਸਕੋ, ਜਿੰਨਾ ਹੱਸ ਕੇ ਲੋਕਾਂ ਨਾਲ ਗੱਲ ਕਰ ਸਕੋ, ਇੰਨਾ ਕੀ ਕਰ ਸਕਦੇ ਤੁਸੀਂ ਹੁਣ। ਬਿਲਕੁਲ, ਆਪਾਂ ਜ਼ਿਆਦਾ ਸਿਆਣੀ ਗੱਲਾਂ ਤਾਂ ਨਹੀਂ ਲੱਗੇ ਕਰਨੇ, ਕਿਤੇ ਉਹ ਬੜਾ ਸੀਰੀਅਸ ਹੋ ਗਿਆ ਇੱਦਾਂ ਹੀ ਕਰਕੇ, ਹੈ ਨਾ। ਮੈਂ ਐਡਮਾਇਰ ਕਰ ਰਹੀ ਸੀਗੀ ਮਜਨੂੰ ਬਾਈ, ਕਦੇ ਕਦੇ ਚੰਗੀ ਗੱਲਾਂ ਵੀ, ਚੰਗੀਆਂ ਗੱਲਾਂ ਵੀ ਕਰਦੇ ਨਾ, ਸਹੀ ਗੱਲ ਹੈ, ਮਜਨੂੰ ਦੇ ਚੰਗੇ ਪੱਖ ਵੀ ਹੈਗੇ ਆ। ਐਕਚੁਅਲੀ ਉਹ ਮੈਂ ਥੋੜੀ ਦੇਰ ਲਈ ਮਜਨੂੰ ਭੁੱਲ ਗਿਆ, ਉਹ ਪ੍ਰੀਤ ਜਿਹੜਾ ਨਾ ਅੰਦਰ ਆਣਾ, ਉਹ ਥੋੜਾ ਜਾਗ ਗਿਆ ਤਾਂ ਐਸੀ ਬਾਤ ਪੇ ਜਾਗ ਜਾਤਾ ਹੈ ਕਭੀ ਕਭੀ। ਨਹੀਂ ਨਹੀਂ ਬਾਈ, ਜੇ ਪ੍ਰੀਤ ਆ ਤਾਂ ਮਜਨੂੰ ਆ, ਹੈ ਨਾ, ਠੀਕ ਆ। ਕਿੱਦਾਂ ਪ੍ਰੀਤ ਵੀਰੇ, ਮੈਂ ਵੇਖਿਆ ਨਾ ਤੁਸੀਂ ਸੈਡ ਕਰੈਕਟਰ ਵੀ ਕੀਤੇ ਆ, ਛੋਟੇ ਕਰੈਕਟਰ ਕੀਤੇ ਆ, ਵੱਡੇ ਕੀਤੇ ਆ, ਹੁਣ ਲੀਡ ਵੀ ਕਰ ਰਹੇ ਹੋ, ਪਹਿਲਾਂ ਵੀ ਫਿਲਮਾਂ ਕੀਤੀਆਂ ਨੇ, ਹੁਣ ਲੀਡ ਵੀ ਕਰ ਰਹੇ ਹੋ, ਕੀ ਫਰਕ ਲੱਗਿਆ ਆਪਣੇ ਆਪ 'ਚ, ਜਾਂ ਕਿੱਥੇ ਤੱਕ ਲੱਗਿਆ ਵੀ ਇੱਥੇ ਤੱਕ ਮੁਕਾਮ ਹਾਸਿਲ ਕਰ ਲਿਆ, ਹਾਲੇ ਹੋਰ ਮਿਹਨਤ ਕਰਨੀ ਆ, ਕਿੰਨਾ ਸਾਥ ਦਿੱਤਾ, ਕਈ ਉਤਰਾਅ ਚੜਾ ਰਿਹਾ,
ਓਵਰਆਲ ਮੈਂ ਉਹੀ ਕਹਿੰਦਾ ਨਾ, ਉਹੀ ਗੱਲਾਂ ਕਰਦੇ ਸੀਗੇ ਕਿ ਜਾਂ ਤਾਂ ਮੈਂ ਹਰ ਚੀਜ਼ 'ਤੇ ਰੋ ਵੀ ਸਕਦਾ ਕਿ ਯਾਰ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ ਸੀ, ਪਰ ਮੈਂ ਇਹ ਵੀ ਸਿੱਖ ਗਿਆ ਅਤੇ ਇਸ ਚੀਜ਼ ਨੂੰ ਮੈਂ ਫੋਲੋ ਕਰ ਰਿਹਾ ਕਿ ਜਿਵੇਂ ਚੱਲ ਰਿਹਾ ਵਧੀਆ ਚੱਲ ਰਿਹਾ। ਤੁਸੀਂ ਇੱਦਾਂ ਨਹੀਂ ਐਕਸਪੈਕਟ ਕਰ ਸਕਦੇ ਕਿ ਹਰ ਚੀਜ਼ ਓਵਰਨਾਈਟ ਹੀ ਹੋਊਗੀ। ਸਿੱਧੂ ਮੂਸੇਵਾਲੇ ਨੂੰ ਲੋਕ ਜਾਣਦੇ ਸੀ ਜਦੋਂ ਦਾ ਗਾਣਾ ਹਿੱਟ ਹੋਇਆ, ਉਸ ਪੁਆਇੰਟ ਤੋਂ ਲੈ ਕੇ ਉਹ ਬੰਦਾ ਥੱਲੇ ਉਤਰਿਆ ਨਹੀਂ ਕਦੇ, ਇਹ ਸਾਰਿਆਂ ਨੇ ਦੇਖਿਆ। ਪਰ ਉਸ ਤੋਂ ਪਿਛਲੇ 10-15 ਸਾਲ ਜਿਹੜੀ ਉਹਦੀ ਮਿਹਨਤ ਕੀਤੀ, ਜਿਹੜਾ ਆਪਾਂ ਕਿੱਸਾ ਸਾਰਿਆਂ ਨੇ ਸੁਣਿਆ ਹੋਇਆ ਕਿ ਕਿੱਦਾਂ ਉਹ ਇੱਕ ਕਿਸੇ ਕੋਲ ਗਾਣਾ ਦੇਣ ਗਏ ਸੀਗੇ, ਉਹਨੇ ਬੁਲਾਇਆ ਫਿਰ ਮਿਲਿਆ ਨਹੀਂ ਉਹ ਬੰਦੇ ਨੂੰ, ਉਹਨੂੰ ਮੀਂਹ 'ਚ ਰੁਕਣਾ ਪਿਆ। ਮਤਲਬ ਇਹ ਚੀਜ਼ਾਂ ਨੂੰ ਜੇ ਦੇਖਦੇ ਹੋ ਕਿ ਸਟਰਗਲ ਹਰ ਬੰਦੇ ਦੀ ਹੈ, ਮੇਰੇ ਇਕੱਲੇ ਦੀ ਨਹੀਂ ਹੈ, ਇਹਨਾਂ ਦੀ ਕਿੰਨੀ ਲੰਬੀ ਸਟਰਗਲ ਹੋਊਗੀ। ਆਪਾਂ ਕਹਿ ਦਿੰਦੇ ਹਾਂ ਕਿ ਇੱਕ ਫਿਲਮ ਨੂੰ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਲੈ ਕੇ ਗਏ, ਉਹਨੂੰ ਬਣਾਉਣਾ ਉੱਥੇ ਤੱਕ ਲੈ ਕੇ ਆਉਣਾ, ਜਾਂ ਆਪਣੇ ਆਪ ਨੂੰ ਐਜ਼ ਅ ਲੀਡ ਆਪਣੇ ਆਪ ਨੂੰ ਲਾਂਚ ਕਰ ਰਹੇ ਨੇ, ਤਾਂ ਇਹ ਸਟਰਗਲ ਇਜ਼ ਅ ਪਾਰਟ ਆਫ ਦਿਸ। ਜੇ ਤੁਸੀਂ ਇਹ ਨਹੀਂ ਸਮਝੋਗੇ ਕਿ ਮਿਹਨਤ ਅਤੇ ਸਟਰਗਲ ਇਹ ਦੋ ਚੀਜ਼ਾਂ ਥੋੜ੍ਹੀਆਂ ਅਲੱਗ ਨੇ, ਅਲੱਗ ਨੇ ਬਿਲਕੁਲ, ਮਤਲਬ ਮੈਨੂੰ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਹਾਰਡਵਰਕ ਤੁਹਾਡੇ ਹੱਥ ਦੀ ਚੀਜ਼ ਹੈ, ਮਿਹਨਤ ਜਿੰਨੀ ਮਰਜ਼ੀ ਕਰ ਲਓ, ਸਟਰਗਲ ਜਿਹੜੀ ਕਰਨੀ ਹੀ ਪੈਣੀ ਹੈ, ਡਿਸਪਾਈਟ ਕਿ ਤੁਸੀਂ ਕਿੰਨੇ ਮਿਹਨਤੀ ਹੋ, ਕਿੰਨੇ ਟੈਲੈਂਟਡ ਹੋ, ਸਟਰਗਲ ਸਾਰਿਆਂ ਦੀ ਹੈ। ਚਾਹੇ ਉਹ ਦਿਲਜੀਤ ਦੋਸਾਂਝ ਨੇ, ਚਾਹੇ ਉਹ ਸਿੱਧੂ ਮੂਸੇਵਾਲਾ ਸੀਗੇ, ਚਾਹੇ ਗਿੱਪੀ ਗਰੇਵਾਲ ਨੇ, ਚਾਹੇ ਪ੍ਰੀਤ ਹੈ, ਚਾਹੇ ਦੇਵ ਕਰੌੜ ਨੇ, ਮਤਲਬ ਇਹ ਤਾਂ ਹੁਣ ਇੱਕ ਲਾਈਫ ਦਾ ਇੱਕ ਪਾਰਟ ਹੈ, ਸਪੈਸ਼ਲੀ ਜਦ ਤੁਸੀਂ ਇਸ ਲਾਈਨ 'ਚ ਆਉਂਦੇ ਹੋ। ਮੈਂ ਇੱਕ ਛੋਟੀ ਚੀਜ਼ ਇੱਥੇ ਐਡ ਕਰ ਦਿੰਦਾ ਕਿ ਅਕਸਰ ਲੋਕ ਜਿਵੇਂ ਬਹੁਤ ਇਹ ਲੋਕਾਂ ਦਾ ਡ੍ਰੀਮ ਹੁੰਦਾ ਫਿਲਮਾਂ 'ਚ ਕੰਮ ਕਰਨਾ, ਹੀਰੋ ਬਣਨਾ, ਐਕਟਰ ਬਣਨਾ, ਮੈਂ ਇੱਕ ਸਲਾਹ ਦਊਂਗਾ ਸਾਰਿਆਂ ਨੂੰ, ਸ਼ਾਇਦ ਮੈਨੂੰ ਇਹ ਗਾਈਡੈਂਸ ਕਦੇ ਨਾ ਮਿਲੀ ਹੁੰਦੀ, ਕਿ ਜਦੋਂ ਇਸ ਲਾਈਨ 'ਚ ਆਉਣਾ ਨਾ ਜੀ, ਪੇਸ਼ੈਂਸ ਤਾਂ ਨੋ ਡਾਊਟ ਚਾਹੀਦੀ ਹੈ, ਤੁਸੀਂ ਕੁਛ ਨਾ ਕੁਛ ਇੱਦਾਂ ਦਾ ਜ਼ਰੂਰ ਕਰਕੇ ਆਓ ਕਿ ਤੁਹਾਡਾ ਥੋੜ੍ਹਾ ਬਹੁਤ ਜੇਬ ਖਰਚ ਚੱਲਦਾ ਰਹੇ, ਕਿਉਂਕਿ ਇਹ ਲੰਬੀ ਲੜਾਈ ਹੈ। ਬਿਲਕੁਲ, ਇਹ ਮੈਨੂੰ ਵੀ ਇਹ ਲੱਗਦਾ ਸੀਗਾ ਕਿ ਓਵਰਨਾਈਟ ਕੰਡੇ ਤੋਂ ਬਾਅਦ ਇੱਕੋ ਤਾਂ ਮੈਂ ਸੁਪਰਸਟਾਰ ਬਣ ਜਾਣਾ, ਪਰ ਨਹੀਂ, ਉਹ ਤੋਂ ਬਾਅਦ ਹੌਲੀ ਹੌਲੀ ਉੱਪਰ ਵੀ ਗਿਆ, ਥੱਲੇ ਵੀ ਆਇਆ, ਉੱਦਾਂ ਛੋਟੇ ਰੋਲ ਵੀ ਕੀਤੇ, ਵੱਡੇ ਰੋਲ ਵੀ ਕੀਤੇ, ਚੱਲ ਰਿਹਾ, ਇਹ ਪ੍ਰੋਸੈਸ ਹੈ। ਸੋ ਜੇ ਕੋਈ ਬਡਿੰਗ ਐਕਟਰਸ ਨੇ, ਮੈਂ ਤਾਂ ਇਹੀ ਤੁਹਾਨੂੰ ਸਲਾਹ ਦਊਂਗਾ ਕਿ ਮੈਂ ਨਹੀਂ ਕਹਿ ਰਿਹਾ ਤੁਸੀਂ ਸਪੈਸ਼ਲ ਨਹੀਂ ਹੋ, ਰੱਬ ਕਰੇ ਤੁਸੀਂ ਆਉਂਦੇ ਤੁਹਾਡੀ ਪਹਿਲੀ ਫਿਲਮ, ਤੁਹਾਡਾ ਪਹਿਲਾ ਗਾਣਾ ਹੀ ਹਿੱਟ ਹੋ ਜਾਵੇ, ਪਰ ਇੱਕ ਬਹੁਤ ਲੰਬੀ ਲੜਾਈ ਹੈ, ਸਾਰਿਆਂ ਨੂੰ ਲੜਨੀ ਪੈਂਦੀ ਹੈ, ਸ਼ਾਇਦ ਤੁਹਾਨੂੰ ਵੀ ਲੜਨੀ ਪਵੇ, ਤਾਂ ਕੁਛ ਨਾ ਕੁਛ ਆਪਣਾ ਫਾਈਨੈਂਸ਼ੀਅਲ ਦੇਖ ਕੇ ਬਚਾਓ। ਇਕੱਲੇ ਸੁਪਨਿਆਂ ਨਾਲ ਨਹੀਂ, ਸੁਪਨੇ ਵੀ ਜ਼ਰੂਰੀ ਨੇ, ਪਰ ਨਾਲ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਹੈ। ਸੁਪਨੇ ਦੇਖੋ, ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਹੈ, ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਹੈ। ਬੰਦੇ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਮੈਂ ਕਿੰਨੇ ਕੁ ਜੋਗਾਂ, ਐਵੇਂ ਨਹੀਂ ਆਪਣੀ ਜ਼ਿੰਦਗੀ ਖਰਾਬ ਕਰਨੀ ਚਾਹੀਦੀ। ਬਿਲਕੁਲ, ਕਿਰਨ ਤੁਹਾਨੂੰ ਸ਼ੁਰੂ ਤੋਂ ਸ਼ੌਕ ਸੀਗਾ ਤੁਹਾਨੂੰ ਫਿਲਮਾਂ ਦਾ? ਸ਼ੁਰੂ ਤੋਂ ਕਦੋਂ ਤੋਂ? ਬਚਪਨ ਤੋਂ ਹੀ ਮਹਾਰਾਜ, ਪਹਿਲੇ ਜਨਮ ਦੀ ਗੱਲ ਨਹੀਂ ਕਰਦਾ ਮੈਂ, ਖੇਡਣ ਸ਼ੁਰੂ ਤੋਂ। ਇਹ ਮੈਨੂੰ ਲੱਗਦਾ ਆਪਾਂ ਗੱਲਾਂ ਕਰਦੇ ਸੀਗੇ ਕਿਤੇ ਹੋਰ ਦੁਨੀਆਂ 'ਚ ਕਿਉਂ ਹੋ ਗਏ। ਮੰਗ ਮੁਰਾਦਾਂ ਦਿਨ ਰਾਤ ਨੇ ਲੰਘਦੇ, ਪਰ ਤੈਥੋਂ ਦੂਰ ਕਦੇ ਨਾ ਭੁੱਲ ਕੇ ਹੋਇਆ, ਇਸ਼ਕ ਤੇਰੇ ਦੇ ਵਿੱਚ ਕਮਲਾ ਹੋਇਆ,
ਇਸ਼ਕ ਤੇਰੇ ਦੇ ਵਿੱਚ ਮਜਨੂੰ ਹੋਇਆ। ਕੀ ਬਾਤ ਹੈ, ਸੱਚੀ ਨਾਟ ਬੈਡ, ਬਹੁਤ ਸੋਹਣਾ, ਇਟਸ ਗੁੱਡ, ਬਹੁਤ ਕਮਾਲ ਲਿਖਦੇ ਹੋ ਤੁਸੀਂ। ਲਿਖੋ ਤੁਸੀਂ ਕੁਝ ਸੁਣਾਓ, ਤੁਸੀਂ ਰਾਈਟਰ ਬਣਦੇ ਹੋ, ਕੋਈ ਇਦਾਂ ਦਾ ਕਿੰਨਾ ਸੋਹਣਾ ਮਾਹੌਲ ਹੈ, ਕੋਈ ਇੱਥੋਂ ਦੀ ਇਦਾਂ ਦੀ ਲੱਤ ਵੇਖ ਕੇ ਸੁਣਾ ਦਿਓ ਮੌਕੇ ਤੇ, ਕੋਈ ਆਮਦ ਹੋ ਜਾਵੇ ਸਟਾਰਟ। ਐਕਚੁਅਲੀ ਪਤਾ ਕਿ ਮੈਂ ਲਿਖਦੀ ਨਹੀਂ, ਬਟ ਮੈਨੂੰ ਨਾ ਇੱਕ ਪੁਆਇੰਟ ਚਾਹੀਦਾ ਹੁੰਦਾ ਯਾਦ ਕਰਨ ਵਾਸਤੇ। ਕੀ ਪੁਆਇੰਟ ਚਾਹੀਦਾ? ਸਟਾਰਟ ਚਾਹੀਦਾ ਹੁੰਦਾ ਕਿ ਮੈਂ ਕਿਹੜਾ ਵਾਲਾ, ਕਿੰਨੇ ਸਾਰੇ ਲਿਖਤੇ ਨੇ। ਕੁਛ ਕੁਛ ਤਾਂ ਮੈਂ ਮਤਲਬ ਇੱਦਾਂ ਲਿਖੇ ਨੇ ਕਿ ਮਤਲਬ ਫਟਾਫਟ ਹੀ ਲਿਖਤੇ, ਲੇਕਿਨ ਹੁਣ ਮੈਨੂੰ ਤੋਂ ਹੋ ਨਹੀਂ ਰਿਹਾ। ਫਿਲਮ ਵਾਲਾ ਸੁਣਾ ਦੋ ਆਪਣੇ। ਹਾਂ, ਫਿਲਮ ਵਾਲਾ ਲਾਈਕ ਇਹ ਇਸ਼ਕ ਵੱਲਾ ਬੜਾ ਹੀ ਤੜਫਾਉਂਦਾ ਹੈ ਤੇਰੇ ਪਿਆਰ ਵਿੱਚ, ਅੱਖਾਂ ਤਰਸ ਕੇ ਫਰਿਆਦ ਕਰਦੀਆਂ ਨੇ ਕਿਸੇ ਦੇ ਇੰਤਜ਼ਾਰ ਵਿੱਚ, ਹਰ ਰੂਹ ਕੋਲੋਂ ਮੰਗਦੀ ਬਸ ਇੱਕ ਹੀ ਦੁਆ, ਕਦੇ ਆ ਵੀ ਜਾ ਸੱਜਣਾ ਇਸ ਇਸ਼ਕ ਬੇਸ਼ੁਮਾਰ ਵਿੱਚ। ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ, ਇਹ ਕਲੋਜ਼ ਲਾ ਲਿਓ ਕੁੜੀ ਦਾ ਨਾ, ਇਹ ਜਿੰਨਾ ਸੋਹਣਾ ਤੁਸੀਂ ਬੋਲਿਆ ਨਾ ਉਦਾਂ ਸੋਹਣਾ ਤੁਹਾਡਾ ਚਿਹਰੇ 'ਤੇ ਆਉਂਦੇ ਸੀ ਨਾ, ਅਤੇ ਹਾਂ ਐਕਸਪ੍ਰੈਸ਼ਨ ਇਹ, ਆਪਾਂ ਕਲੋਜ਼ ਲਾ ਦਾਂਗੇ ਤੁਹਾਡਾ। ਦੁਬਾਰਾ ਕਰਨਾ ਹੁਣ ਟੇਕ 2 ਹੈ? ਨਹੀਂ ਨਹੀਂ, ਸੋਹਣਾ ਬੋਲਿਆ ਤੁਸੀਂ, ਉਹ ਲਾ ਲਿਆ ਸੀ ਕਲੋਜ਼, ਮੈਂ ਤੁਹਾਨੂੰ ਦੱਸ ਰਹੀ ਵੀ ਕਲੋਜ਼ ਲਾ ਦਿਓ, ਬਹੁਤ ਸੋਹਣਾ ਬੋਲਿਆ ਤੁਸੀਂ, ਕੁਝ ਹੋਰ ਬੋਲਣਾ ਤਾਂ ਬੋਲ ਦਿਓ ਜੀ, ਮੇਰੇ ਵਾਸਤੇ ਬੋਲਣਾ ਕੁਛ, ਤੁਹਾਡੇ ਮਨ 'ਚ ਕੋਈ ਗੱਲ 'ਚ ਦਿਲ 'ਚ ਨਾ ਰਹੇ ਜੀ ਕੁਛ, ਨਾ ਤੁਹਾਡੇ ਵਾਸਤੇ ਸੀ। ਅੱਛਾ, ਇਹਨਾਂ ਵਾਸਤੇ ਸੀ ਜੋ ਮੈਂ ਲਾਈਨਸ ਬੋਲੀਆਂ ਨੇ ਸਾਰੀਆਂ, ਇਹਨਾਂ ਵਾਸਤੇ ਸੀ। ਨਹੀਂ, ਥੈਂਕ ਯੂ ਸੋ ਮਚ। ਅਤੇ ਬਾਈ ਕੀ ਕਹਿਣਾ ਚਾਹੁੰਗੇ, ਉੱਧਰ ਮੈਨੂੰ ਇਸ਼ਾਰੇ ਹੋਣ ਲੱਗ ਗਏ, ਖਾਸੇ ਪਾਸੇ ਬੰਦੇ ਵਾਲੇ ਵਾਲੇ ਆ ਕੇ ਖੜ ਗਏ ਆਪਣੇ, ਥੋੜ੍ਹਾ ਟਾਈਮ ਦਾ ਰੌਲਾ ਹੈ, ਮਾੜਾ ਜਿਹਾ ਟਾਈਮ ਦਾ ਰੌਲਾ ਹੈ। ਅਤੇ ਮੈਂ ਤਾਂ ਇੰਨਾ ਹੀ ਕਹੂੰਗਾ ਜੀ ਕਿ ਉਮੀਦ ਕਰਦਾ ਤੁਹਾਨੂੰ ਇਹ ਫਿਲਮ ਵੀ ਸਾਡੀ ਵਧੀਆ ਲੱਗੂਗੀ, ਹਮੇਸ਼ਾ ਦੀ ਤਰ੍ਹਾਂ ਬੜੀ ਮਿਹਨਤ ਕੀਤੀ ਹੈ, ਸਿਰਫ ਮੈਂ ਨਹੀਂ ਹਰ ਉਸ ਇਨਸਾਨ ਨੇ ਜਿਹਨੇ ਕੋਸ਼ਿਸ਼ ਕੀਤੀ ਮੈਨੂੰ ਮਜਨੂੰ ਬਣਾਉਣ ਦਾ ਫਿਲਮ 'ਚ। ਸੋ ਸਾਡੀ ਬੇਨਤੀ ਕਬੂਲ ਕਰਿਓ, 22 ਮਾਰਚ ਨੂੰ ਸਾਡੀ ਫਿਲਮ ਜ਼ਰੂਰ ਵੇਖਿਓ, ਅਤੇ ਜੇ ਚੰਗੀ ਲੱਗੀ ਤਾਂ ਥੋੜ੍ਹਾ ਜਿਹਾ ਅੱਗੇ ਨੂੰ ਪੁਸ਼ ਕਰ ਦਿਓ ਫਿਲਮ ਨੂੰ। ਕਿਆ ਬਾਤ ਹੈ, ਮੈਂ 2 ਲੈਣਾ ਤੇ ਮੈਂ ਵੀ ਤੁਹਾਡੇ ਬਾਰੇ ਕਹਿ ਜਾਣਾ ਚਾਹੁੰਦਾ, ਲਿਖਿਆ ਮੈਂ ਵੀ ਹੋਣੀ ਨੇ, ਉਹ ਕਹਿੰਦੇ ਨਹੀਂ, ਕਹਿੰਦੇ ਮੰਨਿਆ ਲੈਲਾ ਸੋਹਣੀ ਆ ਪਰ ਤੁਹਾਡੇ ਤੋਂ ਸੋਹਣੀ ਨਹੀਂ ਹੋਣੀ, ਹੈ ਮੰਨਿਆ ਲੈਲਾ ਸੋਹਣੀ ਆ ਪਰ ਤੁਹਾਡੇ ਤੋਂ ਸੋਹਣੀ ਨਹੀਂ ਹੋਣੀ, ਮਹਿਵਾਲ ਦੀ ਸੋਹਣੀ ਵੀ ਤੁਹਾਡੇ ਤੋਂ ਸੋਹਣੀ ਨਹੀਂ ਹੋਣੀ। ਠੀਕ ਹੈ, ਅਸੀਂ 2 ਲੈਣਾ ਲਿਖੇ ਕਹਿੰਦੇ, ਗਾਹਾਂ ਲਈ ਮੈਂ ਲਿਖ ਕੇ ਤੁਹਾਨੂੰ ਫਿਰ ਮੈਂ ਤੁਹਾਨੂੰ ਕਰ ਦੂੰਗਾ। ਠੀਕ ਹੈ, ਥੈਂਕ ਯੂ ਸੋ ਮਚ। ਅਤੇ ਦੋਸਤੋ ਮਜਨੂੰ ਫਿਲਮ ਰਿਲੀਜ਼ ਹੋਣਾ ਜੀ, ਅਤੇ ਬਹੁਤ ਹੀ ਕਮਾਲ ਦਾ ਟ੍ਰੇਲਰ ਆ, ਟ੍ਰੇਲਰ 'ਤੇ ਕਮੈਂਟਸ ਜ਼ਰੂਰ ਕਰਿਓ, ਫਿਲਮ ਵੇਖਿਓ ਪਰਿਵਾਰਾਂ ਨਾਲ, ਫਿਲਮ ਦੇਖਿਓ, ਇੱਕ ਪਿਆਰ ਮੁਹੱਬਤ ਵਾਲੀ ਫਿਲਮ ਆ, ਅਤੇ ਫੈਮਿਲੀ ਨਾਲ ਜਾ ਸਕਦੇ ਹੋ ਤੁਸੀਂ, ਆਪਣੇ ਫਰੈਂਡਸ ਦੇ ਨਾਲ ਜਾ ਸਕਦੇ ਹੋ, ਅਤੇ ਆਪਣੇ ਰਿਵਿਊ ਸਾਨੂੰ ਜ਼ਰੂਰ ਦਿਓ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ। ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਮੈਮ।